ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬਟਾਰੀ, ਤਹਿਸੀਲ ਬਾਬਾ ਕਾਲਾ ਸਾਹਿਬ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 3 ਗਾਵਾਂ ਦਿਖਾਉਣੀਆਂ, ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿੱਚ ਇਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਠੀਕ ਹੈ ਜੀ। ਵੇਖਿਆ ਸੀ ਉਦਣ ਵਾਲਾ ਮਾਲ? ਠੀਕ ਹੈ, ਠੀਕ ਹੈ। ਚਲੋ ਨਾਮ ਦੱਸ ਦੇ ਕਰੀ ਆਪਣਾ। ਭਾਈ ਮੇਰਾ ਅੰਮ੍ਰਿਤਪਾਲ ਸਿੰਘ ਜੀ। ਹਾਂਜੀ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਸਾਹਿਬ। ਠੀਕ ਹੈ ਜੀ। ਖਲਚੀਆਂ ਤੋਂ ਆਪਣਾ 2 ਕਿਲੋਮੀਟਰ ਜੇ ਪਿੰਡ, ਮੇਨ ਰੋਡ ਤੋਂ 1 ਕਿਲੋਮੀਟਰ, ਰਈਆ 4 ਤੇ ਬਿਆਸ 7। ਠੀਕ ਹੈ ਜੀ। ਹਾਂਜੀ, ਤੇ ਅੱਜ ਹੈਗੇ ਆਪਣੇ ਕੋਲ 3। ਅੱਜ 3 ਹੀ ਆ ਵੀ ਭਾਜੀ, ਇੱਕ ਹੋਣੀ ਆਈ, ਫਿਰ ਇੱਕ ਤੁਹਾਡੇ ਗਾੜੀ ਗਾੜੀ ਵੀਰ ਜੀ ਲਾਈ ਹੋਣੀ ਜੇ ਬੱਚੀ। ਤੋਪੜ ਆਫਰ ਪਾਉਣਾ ਐਰਕਾ, ਬੜਾ ਦਿਨ ਹੋ ਗਿਆ ਆਫਰ ਨਹੀਂ ਨਾਲ ਪਾਇਆ, ਨਵਾਂ ਸਾਲ ਆਇਆ, ਮੈਂ ਕਿਹਾ ਚਲੋ ਆਫਰ ਪਾ ਦਈਏ ਨਾਲ। ਠੀਕ ਹੈ ਜੀ, ਠੀਕ। ਚਲੋ ਸ਼ੁਰੂਆਤ ਫਿਰ ਆਪਾਂ ਇਹਦੇ ਤੋਂ ਕਰ ਲਈਏ, ਜਿਹੜੀ ਪਹਿਲੇ ਨੰਬਰ ਤੇ ਚਿੱਟੇ ਰੰਗ ਦੀ ਵੈੜ ਹੈ, ਦੱਸੀਏ ਤੇ ਬਾਰੇ। ਇਹ ਵੀਰ ਜੀ ਪਹਿਲਾ ਸੂਆ ਵਛੀ। ਅੱਛਾ, ਹਾਂਜੀ, ਠੀਕ ਹੈ। ਦੁੱਧ ਵਛੀ ਕੋਈ 11 ਕਿਲੋ ਤੋਂ 10 ਕਿਲੋ ਦੀ ਗਾਰੰਟੀ ਦੇਣੀ ਆ। ਅੱਛਾ, ਹਾਂਜੀ। ਤੇ ਇੱਕ ਵੀਰ ਜੀ ਪਹਿਲੇ ਬੇਨਤੀ ਦੱਸ ਕੇ ਦੇਣੀ ਆ ਵੀਰ ਭਰਾ ਨੂੰ, ਬੁੱਕ ਕੇ ਚੋਕਰ ਸੁੱਟ ਲਓ, ਭਾਵੇਂ ਆਟਾ ਸੁੱਟ ਲਓ, ਰੱਸੀ ਪਾ ਕੇ ਚੋਣੀ ਆ। ਬੱਚਾ ਨੀ ਮੱਛੀ ਦੇ ਥੱਲੇ ਛੱਡਿਆ ਪਹਿਲੇ ਦਿਨ ਤੋਂ ਘਰ ਵਾਲਿਆਂ ਨੇ। ਅੱਛਾ, ਹਾਂਜੀ। ਇਹ ਪਿੱਛੇ ਇਸ ਤਰ੍ਹਾਂ ਹੀ ਆਈ ਆ? ਪਿੱਛੇ ਇਦਾਂ ਹੀ ਆਈ ਆ। ਅੱਛਾ, ਹਾਂਜੀ। ਕੀ ਜਿਹੜਾ ਬੱਚਾ ਨੀ ਥੱਲੇ ਪਾਉਂਦੇ? ਨਹੀਂ ਛੱਡਿਆ, ਉਹ ਵੇਖੋ ਵੀਰ ਜੀ, ਬੱਚਾ ਕੋਈ 20 ਦਿਨਾਂ ਦਾ ਮਿੱਥਲੇ, ਕੋਈ ਮਹੀਨੇ ਦਾ ਵੀਰ ਭਰਾ ਮਿੱਥਲੇ। ਠੀਕ ਹੈ, ਹਾਂਜੀ। ਆਹ ਬੱਚਾ ਜਿਹੜਾ ਇਹਦਾ, ਠੀਕ ਹੈ, ਹਾਂਜੀ। ਤੇ ਦੁੱਧ ਕਿੰਨਾ ਪੱਕਾ ਇਹਦੇ ਕੋਲ? ਦੁੱਧ ਵੀਰ ਜੀ 11 ਆਪਾਂ 10 ਕਿਲੋ ਦੀ ਗਾਰੰਟੀ ਦੇਣੀ, ਭਾਵੇਂ ਵੀਰ ਭਰਾ ਧਾਰ ਬਣਾ ਮਾਰੇ। ਅੱਛਾ, ਹਾਂਜੀ, ਠੀਕ। ਲਿਆ ਖੋਲੋ। ਹਾਂ, ਤੇ ਆ ਕਿ ਬੱਚਾ ਨਹੀਂ ਥੱਲੇ ਪਾਉਂਦੇ? ਨਹੀਂ ਵੀਰ ਜੀ, ਬੱਚਾ ਨਹੀਂ ਥੱਲੇ ਛੱਡਿਆ, ਘਰ ਵਾਲਿਆ ਪਾਜੇ ਦਿਨ ਤੋਂ ਹੀ। ਠੀਕ ਹੈ, ਹਾਂਜੀ। ਸਾਡੀ ਭਾਜੀ ਸੋਹਣੀ ਸੋਹਣੀ ਬਹੁਤ ਜ਼ਿਆਦਾ ਮੱਛੀ ਵੇਖੋ, ਵੱਡੀ ਆ। ਬਾਕੀ ਆਪਣੀ ਸਮਝਣਾ, ਵੇਖ ਲੈ ਕੋਈ ਇੱਥੇ ਆਣ ਕੇ। ਦੁੱਧ 10 ਕਿਲੋ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ। ਚਵਾਈ ਹੋਈ ਵੀਰ ਜੀ ਇਹਦੀ? ਚਵਾਈ ਕੀਤੀ ਆ ਵੀਰ ਜੀ ਆਪਣੀ ਭਾਜੀ, ਚਵਾਈ ਜਿਹੜੀ ਕਹਿੰਦੇ ਕਿ ਹੋਈ ਆ ਇਹਨਾਂ ਦੀ। ਸੀਲ ਸੂਲ ਬਹੁਤ ਜ਼ਿਆਦਾ ਆ ਭਾਜੀ, ਬਸ ਇੱਕ ਵਸ਼ੀ ਹੁਣ ਤੁਹਾਨੂੰ ਝੁੰਝਰਾਂ ਤੋਂ ਡਰਦੀ ਆ। ਠੀਕ ਹੈ ਜੀ, ਚਲੋ ਲੈ ਜਾ, ਕੋਈ ਗੱਲ ਨਹੀਂ। ਠੰਡੀ ਸੀਲ ਆਪਣੀ ਭਾਜੀ ਬਹੁਤ ਜ਼ਿਆਦਾ ਆ। ਠੀਕ ਹੈ ਜੀ, ਹਾਂਜੀ। ਬਾਕੀ ਉਹ ਤੇਰਾ ਰੰਗ ਰੂਪ ਦੀ ਸੋਹਣੀ ਆ, ਬਾਕੀ ਸੂਈ ਸਵਾਈ ਆ। ਸਾਡੀ ਤਾਂ ਇਹੀ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਇੱਥੇ ਆ ਕੇ ਆਪਣਾ ਦੁੱਧ ਦੀ ਚਵਾਈ ਕਰੋ, ਮਿਹਨਤੀ ਕਰਕੇ ਫਿਰ ਹੀ ਪਸ਼ੂ ਖੜਿਆ ਕਰੋ। ਆਪਣੇ ਹੱਥੀਂ ਵੇ, ਅੱਖੀਂ ਵੇਖ ਚਾਹ ਕੇ ਹੱਥੀਂ ਚਵਾਈ ਕਰਕੇ ਫਿਰ ਹੀ ਪਸ਼ੂ ਲਿਆ ਕਰੋ, ਜਿੱਥੋਂ ਵੀ ਲੈਣਾ ਵਾ। ਬਾਕੀ ਆ ਥਾਣ ਵੀ ਦੇਖ ਸਕਦੇ। ਠੀਕ ਹੈ ਜੀ, ਤੇ ਕੀ ਰੱਖਣਾ ਇਹਦਾ ਮੁੱਲ? ਮੁੱਲ ਤੁਸੀਂ ਦੱਸ ਦਿਓ ਆਪਣੀ ਭਾਜੀ, ਤੁਸੀਂ ਕਿਹੜੀ ਗੱਲ? ਕਿੰਨਾ ਕੁ? ਮੈਂ ਨਾ 45 ਕਰ ਲਈ ਜੀ। ਨਹੀਂ, 45,000 ਤੇ ਨਹੀਂ ਜੇ, ਦੱਸਿਓ ਕਿੰਨਾ? 40,000 ਚੋਂ ਮਾਨਤਾ ਨਾ ਹੋ ਜਾਵੇ ਕੋਈ। ਕਿੰਨਾ? ਜਿੱਦਾਂ ਕਹੋਗੇ ਤੇ ਕਰੋ। ਵੱਡੇ ਵੀਰ ਆਪਾਂ ਤੁਹਾਡਾ ਨਹੀਂ ਕਹਿਣਾ। ਕਰੀਏ ਜੈਸ ਨੂੰ ਹੀ ਕਰੀਏ ਅੱਜ। ਮੈਂ ਕਹਿੰਦਾ 1000 ਛੱਡ ਦਈਏ। ਨਹੀਂ, 1000 ਨਾ ਛੱਡੋ, 1000 ਹੋਰ ਛੱਡੋ ਫਿਰ। ਛੱਡੋ ਬਈ, 1000 ਹੋਰ। ਹੋਰ ਛੱਡ ਦਿੱਤਾ ਯਾਰ। ਹਾਂ ਨਾ, 37 ਦੀ। 37,000 ਦੀ। ਹਾਂ ਨਾ, 37 ਦੀ ਵਸ਼ੀ ਦੇ ਦਾਂਗਾ ਵੀ ਭਾਈ, ਜਿਹੜਾ ਵੀਰ ਭਰਾ ਲੈ ਜਾਊਗਾ ਯਾਦ ਕਰੂਗਾ, ਦੁੱਧ ਵਸ਼ੀ 13-14 ਕਿਲੋ ਕਰੂਗੀ। ਚਲੋ ਮਾਨਤਾ ਨੂੰ ਮੌਕੇ ਤੇ ਹੋਰ ਕਰ ਦੋਗੇ? ਫੋਨ ਕਰਾਂਗੇ ਅਰਪੀ ਭਾਜੀ, ਵੀਰ ਭਰਾ ਨੂੰ ਫੋਨ ਲਾਵੇ, ਮੋੜਨਾ ਨਹੀਂ ਆਪਾਂ ਤੁਹਾਨੂੰ ਪਤਾ, ਅੱਜ ਤੱਕ ਮੋੜਿਆ ਨਹੀਂ ਕਿਸੇ ਭੈਣ ਭਰਾ ਨੂੰ। ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ। ਫੋਨ ਲਾਵੇ ਵੀਰ ਭਰਾ, ਆਪਾਂ ਨਹੀਂ ਕਿੱਥੇ ਹੋ ਜਾਣੀ ਆ। ਠੀਕ ਹੈ ਜੀ, ਹਾਂਜੀ। ਹੁਣ ਆਹ ਬੜੀ ਹੈ ਕਿ ਨਿੱਕੀ ਜੀ ਜਰਸੀ ਲਿਆਂਦੀ ਜੀ, ਇਹ ਭਾਜੀ ਡਿਮਾਂਡ ਛੋਟੀ। ਅੱਛਾ, ਤੇ ਵੀਰ ਭਰਾ ਛੋਟੀਆਂ ਮੰਗਦੇ ਆ ਨਾ, ਠੀਕ ਹੈ, ਛੋਟਾ ਜਿਹਾ ਪੀਸ ਹੈ। ਬਿਲਕੁਲ ਛੋਟੀ ਜੀ ਜਰਸੀ ਹੈ ਜਿਹੜੀ। ਤੈਨੂੰ ਕਿੰਨਾ ਕੁ ਚਿਰ ਹੋਇਆ ਜੀ ਸੂਈ ਇਹਨੂੰ ਵੀਰ ਜੀ? 3-4 ਦਿਨ ਰੁਪਏ ਭਾਈ ਸੂਈ ਨੂੰ। ਅੱਛਾ, ਹਾਂਜੀ। ਇਹਦੇ ਮਗਰ ਬੱਚਾ ਕੀ ਜੀ? ਇਹਦੇ ਮਗਰ ਭਾਈ ਵਸ਼ੀ ਆ। ਕਿਹੜੀ? ਆਹ ਵਾਲੀ ਵਸ਼ੀ? ਜਿਹੜੀ ਵਸ਼ੀ ਵੀਰ ਜੀ, ਨਾਲੋਂ ਵੀ ਆਪਾਂ ਵਿਖਾ ਦੇਣਾ ਨਾਲ ਆ ਇਹਨਾਂ ਕੋ ਵੀਰ ਭਰਾ ਕਵੇ ਠਾਂਡਾ ਵਾ ਮੋਰੀ ਵੱਧੀ ਆ। ਆਹ ਵੇਖ ਲਓ, ਠੀਕ ਹੈ ਜੀ। ਆਹ ਵੇਖ ਲਓ ਨਾੜੂ, ਨਾੜੂ ਜਿਹੜਾ ਬੱਚੇ ਦਾ ਨਾਲ ਹੀ ਆ ਜੀ। ਠੀਕ ਹੈ ਜੀ, ਹਾਂਜੀ।
ਤੇ ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਟਰੱਕ ਲਾ ਕੇ ਮਰੂਤੀ ਇਸ ਤਰ੍ਹਾਂ ਲਾਈ ਹੁੰਦੀ ਆ। ਬਾਕੀ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਛੋਟਾ ਜਿਹਾ ਕੱਦ ਹੋਵੇ ਤੇ ਘਰ ਦਾ ਦੁੱਧ ਦਾ ਵਧੀਆ ਸਾਰੀ ਜਾਵੇ। ਸੀਲ ਸਾਹਿਬ ਬਹੁਤ ਜਾ ਰਹੀ ਆ ਪੀਪਾ ਜੀ, ਇਹ ਵੀ ਠੰਡੀ ਠੰਡੀ ਬੜੀ ਆ, ਵੱਛੀ ਛੱਡ ਕੇ ਰੱਸੀ ਵੀ ਨਹੀਂ ਪਾਉਣੀ। ਠੀਕ ਹੈ ਜੀ, ਹਾਂਜੀ ਲੈ ਜਾਓ ਜੀ। ਅਲੱਗ ਜੀ ਚੀਜ਼ ਹੀ ਆ ਜਿਹੜੀ, ਇਹ ਵੀ ਅਲੱਗ ਹੀ ਲੈ ਗਈ ਹਾਂ ਭਾਜੀ, ਸਾਰੀ ਤੁਹਾਨੂੰ ਪਤਾ ਚੀਜ਼ਾਂ ਅਲੱਗ ਹੀ ਆਉਂਦੀਆਂ ਵਾ। ਤੇ ਇਹਦਾ ਵੀ ਜੀ ਕੀ ਰੱਖਣਾ ਫਿਰ ਮੁੱਲ ਆਪਾਂ? ਇਹਦਾ ਵੀ ਭਾਜੀ ਮੁੱਲ ਛੋਟਾ ਹੀ ਆ, ਵੀਰ ਭਰਾਵਾਂ ਨੇ ਡਿਮਾਂਡ ਵਧੀ ਹੁੰਦੀ ਸਾਈਵਲ ਕ੍ਰਾਸ ਲੈਣੀ ਜਰਸੀ। ਹਾਂਜੀ ਹਾਂਜੀ, ਮੁੱਲ ਭਾਜੀ ਕੋ 35 ਨੇ ਕੋ 36 ਨੇ 30,000 ਚੋਂ ਮੰਨ ਤਾਂ ਉਹ ਕਿੰਨਾ ਖੁੱਲਾ ਹੀ ਦੋ ਛੱਡ ਦੇਾਂਗੇ, 28,000 ਦੀ ਦੇ ਦੋਗੇ? 28,000 ਜੇ ਥੋੜੀ ਬੋਦੀ ਕਸਰ ਹੈ ਤੁਸੀਂ ਦੱਸ ਦਿਓ, ਕੋਈ ਗੱਲ ਨਹੀਂ ਕੱਢ ਦਿਓ ਕਸਰ, ਜਿੱਦਾਂ ਕਹਿਣੀ ਤੁਸੀਂ ਕੱਢ ਦਿਓ। ਇਧਰੋਂ ਪੁੱਛ ਲਈਏ ਕਿੰਨੇ ਦੀ ਦੇ ਦਈਏ ਫਿਰ? 28 ਦੀ ਦੇ ਦਾਂਗੇ ਭਾਜੀ। 28 ਤੇ ਕਹਿ ਤਾਂ ਅੱਗੇ ਤੇ, ਚੱਲ 26 ਦੇ ਦਾਂਗੇ। ਠੀਕ ਹੈ ਜੀ, ਚਲੋ ਫਿਰ 26 ਦੋ ਹੀ ਛੱਡ ਦਿੱਤਾ, ਕੋਈ ਗੱਲ ਨਹੀਂ ਨਾ ਪ੍ਰੀ ਭਾਜੀ। ਠੀਕ ਹੈ ਜੀ, ਕੋਈ ਵੀਰ ਭਰਾ ਫੋਨ ਲਾਵੇ ਮੋੜਦਾ ਨਹੀਂ, ਕੋਈ ਵੀਰ ਭਰਾ ਨੂੰ ਬੱਛੀ ਲੈ ਜਾਊਗਾ, ਫਾਂਡ ਫੂਨ ਭਾਜੀ ਚੰਗੀ ਆਊਗੀ। ਠੀਕ ਹੈ ਜੀ, ਹਾਂਜੀ 26,000 ਦੀ ਦੇ ਦੋਗੇ? 26,000 ਦੀ ਦੇ ਦਾਂਗੇ ਪ੍ਰੀ ਭਾਜੀ। ਹੁਣ ਇੱਕ ਆ ਦਿਖਾ ਦਈਏ ਫਿਰ, ਇਹਦੇ ਵਿੱਚ ਜੀ ਪੀਸ ਹੁਣੇ ਤੁਹਾਡੇ ਨੇ ਲਾਇਆ ਵਾ, ਇਹ ਤੇ ਜੀ ਹੁਣੇ ਹੀ ਆਈ ਆ। ਹਾਂਜੀ ਨਾਫਲ ਚ ਕੱਢਣੀ ਸੀ, ਪਰ ਹੁਣ ਟਾਈਮ ਹੈ ਨਹੀਂ। ਇਹ ਦੇਖੋ ਕਿੰਨਾ ਚ ਦੁੱਧ? 2,000 ਰੁਪਏ ਭਾਜੀ ਬੱਛੀ ਕੋਈ 6 ਕਿਲੋ। ਅੱਛਾ, ਘਰ ਵਾਲੇ ਬੰਦਿਆਂ ਦੇ ਬੱਛੀ ਆ ਕੱਲ ਦੀ ਬੋਲੀ। ਅੱਛਾ ਠੀਕ ਆ ਜੀ, ਹੁਣ ਦੁੱਧ ਹੋਊਗਾ 5 ਲੀਟਰ ਸਹੀ। ਅੱਛਾ ਹਾਂਜੀ, ਲਿਆ ਫਿਰ ਇਹ ਵੀ ਤੋਰ ਹੀ ਦਈਏ। ਰੱਸੀਆਂ ਬੜੀਆਂ ਰੰਗ ਬਿਰੰਗੀਆਂ ਪਾਈਆਂ ਜੀ। ਉਹ ਵੀਰ ਜੀ ਘਰ ਵਾਲਿਆਂ ਨੇ ਪਾਈਆਂ, ਤੁਹਾਨੂੰ ਪਤਾ ਹੈ ਸਾਡੇ ਹੁੰਦਿਆਂ ਗੱਡੀ ਚੋਂ ਲਾਈ ਹੈ, ਜਨਾਬ ਤੋਂ ਕੱਢਣੀ ਸੀ ਦੀ ਘਰ ਵਾਲੀ ਦੀ, ਹੁਣ ਟਾਈਮ ਹੈ ਨਹੀਂ, ਸਮਾਂ ਥੋੜਾ ਰੱਸੀ ਨਹੀਂ ਇੱਕ ਜੀ। ਠੀਕ ਹੈ ਜੀ, ਹਾਂਜੀ ਕੋਈ ਡਰਦੀ ਆ ਹਰਦੀ ਭਾਜੀ ਬਸ ਚੋਕਰੀ ਪੱਠੇ ਖਾਣ ਵਾਲੀ ਆ, ਠੰਡੀ ਬਹੁਤ ਜ਼ਿਆਦਾ, ਬਸ ਇੱਕ ਡਰਦੀ ਆ। ਲੈ ਜਾ ਫਿਰ, ਹਾਂਜੀ ਕਈ ਵਾਰੀ ਜਦੋਂ ਪਸ਼ੂ ਗੱਡੀ ਚੋਂ ਲੱਥਦਾ ਉਦੋਂ ਵੀ ਇੱਕ ਵਾਰੀ ਡਰ ਜਾਂਦਾ ਵਾ, ਕੈਮਰੇ ਤੋਂ ਡਰਦੀ ਹੈ ਭਾਈ। ਲੈ ਜਾ ਵੀ ਇਹ ਕਿੰਨੇ ਦੀ ਦੇ ਦਈਏ ਵੀ ਜੀ ਫਿਰ ਆਪਾਂ? ਚਲੋ ਮੌਕੇ ਤੇ ਕਰ ਦੋਗੇ ਥੋੜਾ ਬਹੁਤ? ਕਰ ਦਾਂਗੇ ਵੀਰ ਭਰਾ ਫੋਨ ਲਾਵੇ, ਮੋੜਨਾ ਨੀ ਆਪਾਂ, ਮੱਛੀ ਬਹੁਤ ਜ਼ਿਆਦਾ ਚੰਗੀ ਆ। ਦੋ ਦੋ ਤੇਰਾ ਪੱਕਾ 5 ਲੀਟਰ ਹੈਗਾ ਜੀ? 5 ਲੀਟਰ ਭੂਰ ਸੱਟ ਆਵੇ ਆਪਾਂ ਤਦ ਵੀ ਜ਼ਿੰਮੇਵਾਰ ਆ। ਠੀਕ ਹੈ ਜੀ, ਕੋਈ ਵੀਰ ਭਰਾ ਲੈ ਜੂਗਾ ਚੰਗੀ ਸੰਭੂਗਾ, ਦੁੱਧ 7-8 ਕਿਲੋ ਨੇ ਦੇਈ ਜਾਣਾ ਅਰਮਾਨ ਨਾਲ। ਠੀਕ ਹੈ ਜੀ, ਹਾਂਜੀ ਠੀਕ ਹੈ ਵੀਰ ਜੀ, ਬਸ ਹੋਰ ਕੁਛ ਕਹਿਣਾ ਫਿਰ? ਬਸ ਵੀਰ ਜੀ ਕੋਈ ਵੀਰ ਭਰਾ ਆਪਣੀ ਤਸੱਲੀ ਕਰਕੇ, ਸਾਡੇ ਸੂਈਆਂ ਸਵਾਈਆਂ ਹੈਗੀਆਂ ਜਿਹੜੀ ਕੋਈ ਗੱਭਣੇ ਵੀਰ। ਠੀਕ ਹੈ ਜੀ, ਹਾਂਜੀ ਬਾਕੀ ਤਿੰਨੇ ਸੂਈਆਂ ਸਵਾਈਆਂ ਵਾ, ਇੱਥੇ ਆਓ ਆਪਣੀ ਤਸੱਲੀ ਕਰਕੇ, ਵੇਸ਼ ਚਾਹ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਦਾਰੀ ਤੇ ਪੁੱਛੋ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।